ਪੰਜਾਬ ਦੀ ਨੌਜਵਾਨੀ ਨੂੰ ਖੇਡਾਂ ਪ੍ਰਤੀ ਜਾਗਰੂਕ ਕਰਨ ਤੇ ਸਿੱਖੀ ਦੇ ਨਾਲ ਜੋੜਨ ਲਈ ਗੁਰੂਆਂ ਦੇ ਇਤਿਹਾਸ ਬਾਰੇ ਜਾਣਕਾਰੀ ਦੇਣ ਲਈ ਮੀਰੀ ਪੀਰੀ ਗੱਤਕਾ ਕਲੱਬ ਮੋਗਾ ਵੱਲੋਂ 19 ਨਵੰਬਰ ਦਿਨ ਸ਼ਨੀਵਾਰ ਨੂੰ ਸ਼ਾਮ 4 ਵਜੇ ਤੋਂ ਲੈ ਕੇ 10 ਵਜੇ ਤੱਕ ਐਵਰਗ੍ਰੀਨ ਪਾਰਕ GT ਰੋਡ ਤੇ ਗੱਤਕਾ ਮੁਕਾਬਲਾ ਕਰਵਾਇਆ ਜਾ ਰਿਹਾ ਹੈ, ਜਿਸ ਵਿੱਚ ਪੰਜਾਬ ਭਰ ਦੀਆਂ ਟੀਮਾਂ ਹਿੱਸਾ ਲੈਣਗੀਆਂ ਅਤੇ ਪਹਿਲਾ ਸਥਾਨ ਹਾਸਿਲ ਕਰਨ ਵਾਲੀ ਟੀਮ ਨੂੰ ਗੋਲਡ ਮੈਡਲ ਨਾਲ ਸਨਮਾਨਿਤ ਵੀ ਕੀਤਾ ਜਾਵੇਗਾ। ਇਸ ਮੌਕੇ ਨਸ਼ੇ ਦੇ ਖਿਲਾਫ ਬੱਚਿਆਂ ਦੁਆਰਾ ਕੋਰੀਓਗ੍ਰਾਫੀ ਵੀ ਕਰਵਾਈ ਜਾਏਗੀ ਅਤੇ ਬੱਚਿਆਂ ਨੂੰ ਸਿੱਖੀ ਤੇ ਗੱਤਕੇ ਤੇ ਇਤਿਹਾਸ ਬਾਰੇ ਗੱਤਕਾ ਐਸੋਸੀਏਸ਼ਨ ਦੀ ਸੰਸਥਾ ਲੁਧਿਆਣਾ ਦੇ ਆਗੂ ਜਾਣਕਾਰੀ ਦੇਣਗੇ। ਆਉਣ ਵਾਲੀ 19 ਨਵੰਬਰ 2016 ਦਿਨ ਸ਼ਨੀਵਾਰ ਨੂੰ ਅਕਾਲੀ ਫੂਲਾ ਸਿੰਘ ਦੀ ਯਾਦ ਨੂੰ ਸਮਰਪਿਤ ਪੰਜਾਬ ਲੈਵਲ 'ਤੇ ਗੱਤਕੇ ਦਾ ਸਮਾਗਮ ਹੋ ਰਿਹਾ ਹੈ। ਗੱਤਕੇ ਦਾ ਮੁਕਾਬਲਾ ਜਿਸ ਵਿੱਚ ਪੰਜਾਬ ਭਰ ਤੋਂ ਟੀਮਾਂ ਹਿੱਸਾ ਲੈ ਰਹੀਆਂ ਨੇ। ਅਸੀਂ ਇਹ ਉਪਰਾਲਾ ਇਸ ਖਾਲਸਾਈ ਖੇਡ ਨੂੰ ਉੱਪਰ ਲੈ ਕੇ ਜਾਣ ਲਈ ਕਰ ਰਹੇ ਹਾਂ ਤਾਂ ਜੋ ਨੌਜਵਾਨ ਵੀਰ ਜਾਗਰੂਕ ਹੋਣ। ਪਿਛਲੇ ਸਮਿਆਂ ਦੇ ਵਿੱਚ ਕਿਸ ਤਰ੍ਹਾਂ ਗੁਰੂ ਕੇ ਸਿੰਘ ਗੁਰੂ ਦੀਆਂ ਲਾਡਲੀਆਂ ਫੌਜਾਂ ਗੱਤਕੇ ਦੇ ਜ਼ੋਰ ਦਿਖਾਉਂਦੀਆਂ ਸਨ, ਕਿਉਂਕਿ ਅੱਜ ਕੱਲ੍ਹ ਅਸੀਂ ਮਾਡਰਨਾਈਜੇਸ਼ਨ ਨੂੰ ਜ਼ਿਆਦਾ ਅਡੋਪਟ ਕਰ ਰਹੇ ਹਾਂ ਤਾਂ ਜੋ ਸਾਡੇ ਨੌਜਵਾਨ ਵੀਰ ਆਪਣਾ ਪਿਛੋਕੜ ਭੁੱਲ ਰਹੇ ਨੇ। ਉਸ ਗੱਲਾਂ ਨੂੰ ਅਸੀਂ ਮੱਦੇਨਜ਼ਰ ਰੱਖਦੇ ਹੋਏ ਗੁਰੂ ਸਾਹਿਬ ਦੀ ਕਿਰਪਾ ਦੇ ਨਾਲ ਇਹ ਉਪਰਾਲਾ ਆਰੰਭਿਆ ਹੈ। ਇਸ ਉਪਰਾਲੇ ਦੇ ਵਿੱਚ ਅਸੀਂ ਗੋਲਡ ਮੈਡਲ ਪਹਿਲਾ ਇਨਾਮ ਰੱਖਿਆ ਹੈ, ਗੋਲਡ ਮੈਡਲ। ਦੂਸਰਾ ਇਨਾਮ ਸਿਲਵਰ ਮੈਡਲ ਪਲੱਸ 11,000 ਰੁਪਈਆ। ਤੀਸਰਾ ਇਨਾਮ ਸਿਲਵਰ ਮੈਡਲ ਪਲੱਸ 7,100 ਰੁਪਈਆ। ਸਾਨੂੰ ਪੂਰੇ ਮੋਗੇ ਸ਼ਹਿਰ ਦੀਆਂ ਸੁਸਾਇਟੀਆਂ ਅਤੇ ਮਹਾਂਪੁਰਸ਼ਾਂ ਦੇ ਸਹਿਯੋਗਾਂ ਦੇ ਨਾਲ ਅਸੀਂ ਇਹ ਪ੍ਰੋਗਰਾਮ ਸ਼ੁਰੂ ਕਰਨ ਜਾ ਰਹੇ ਹਾਂ। ਅਸੀਂ ਆਸ ਕਰਦੇ ਹਾਂ ਵੀ ਸਾਰੀ ਸੰਗਤ ਸਾਨੂੰ ਇਸੇ ਤਰ੍ਹਾਂ ਹੀ ਸਹਿਯੋਗ ਦੇਵੇਗੀ। ਇਸ ਮੀਰੀ ਪੀਰੀ ਗੱਤਕਾ ਅਖਾੜਾ ਵੱਲੋਂ ਪਿੰਡਾਂ ਪਿੰਡਾਂ ਵਿੱਚ ਜਾ ਕੇ ਗੱਤਕੇ ਦੇ ਕੈਂਪ ਲਗਾਏ ਜਾਂਦੇ ਹਨ। ਦਸਤਾਰ ਅਤੇ ਦੁਮਾਲੇ ਦੀ ਸਿਖਲਾਈ ਵੀ ਦਿੱਤੀ ਜਾਂਦੀ ਹੈ ਬੱਚਿਆਂ ਨੂੰ ਫ੍ਰੀ, ਅਤੇ ਮੋਗੇ ਸ਼ਹਿਰ ਦੇ ਵਿੱਚ ਇੱਕ ਕਲਾਸ ਲਗਾਈ ਜਾਂਦੀ ਹੈ ਪੂਰਾ ਸਾਲ, ਜਿਸ ਵਿੱਚ ਕੋਈ ਵੀ ਬੱਚਾ ਆ ਕੇ ਚਾਹੇ ਉਹ ਸਿੱਖ ਹੋਵੇ ਚਾਹੇ ਗੈਰ ਸਿੱਖ ਹੋਵੇ ਗੱਤਕੇ ਦੀ ਸਿਖਲਾਈ ਲੈ ਸਕਦਾ ਹੈ। ਅਤੇ ਮੀਰੀ ਪੀਰੀ ਗੱਤਕਾ ਅਖਾੜਾ ਵੱਲੋਂ ਮੋਗੇ ਸ਼ਹਿਰ ਦੇ ਵਿੱਚ ਬਹੁਤ ਸੇਵਾਵਾਂ ਨਿਭਾਈਆਂ ਜਾਂਦੀਆਂ ਨੇ ਗੁਰੂ ਸਾਹਿਬ ਦੀ ਕਿਰਪਾ ਦੇ ਨਾਲ। ਹਰ ਇੱਕ ਨਗਰ ਕੀਰਤਨ ਦੇ ਵਿੱਚ ਗੱਤਕੇ ਦੇ ਜ਼ੋਰ ਦਿਖਾਉਂਦੀ ਸੇਵਾ ਅਤੇ ਸਟੇਜ ਸਜਾਉਂਦੀ ਸੇਵਾ ਧਾਰਮਿਕ ਸਮਾਗਮਾਂ ਦੇ ਵਿੱਚ, ਅਤੇ ਕਵੀਸ਼ਰੀ ਜੱਥਾ ਜੋ ਕਿ ਮੀਰੀ ਪੀਰੀ ਗੱਤਕਾ ਅਖਾੜਾ ਦਾ ਹੈ ਉਹ ਵੀ ਪਿੰਡਾਂ ਪਿੰਡਾਂ ਵਿੱਚ ਜਾ ਕੇ ਮੋਗੇ ਸ਼ਹਿਰ ਦੇ ਵਿੱਚ ਵੱਖ ਵੱਖ ਧਾਰਮਿਕ ਸਮਾਗਮਾਂ ਵਿੱਚ ਕਵੀਸ਼ਰੀ ਅਤੇ ਢਾਡੀ ਵਾਰਾਂ ਦੇ ਨਾਲ ਸੰਗਤਾਂ ਨੂੰ ਨਿਹਾਲ ਕਰਦਾ ਹੈ। ਅਸੀਂ ਆਸ ਕਰਦੇ ਹਾਂ ਗੁਰੂ ਸਾਹਿਬ ਇਸੇ ਤਰ੍ਹਾਂ ਹੀ ਸਾਡੇ ਤੋਂ ਸੇਵਾ ਲੈਂਦੇ ਰਹਿਣ, ਅਤੇ ਆਪ ਸੰਗਤਾਂ ਨੂੰ ਵੀ ਬੇਨਤੀ ਕਰਦੇ ਹਾਂ 19 ਨਵੰਬਰ ਦਿਨ ਸ਼ਨੀਵਾਰ 2016 ਨੂੰ ਗੁਰਦੁਆਰਾ ਗੋਦੇਵਾਲਾ ਸਟੇਡੀਅਮ ਇੰਡੋਰ ਸਟੇਡੀਅਮ ਦੇ ਨਾਲ ਬਿਜਲੀ ਘਰ ਦੇ ਸਾਹਮਣੇ ਜ਼ਰੂਰ ਪਹੁੰਚਣ ਦੀ ਕਿਰਪਾਲਤਾ ਕਰਨ। ਸ਼ਾਮ ਨੂੰ 4 ਵਜੇ ਤੋਂ ਲੈ ਕੇ ਰਾਤ ਨੂੰ 10 ਵਜੇ ਤੱਕ ਆਪ ਜੀ ਨੇ ਦਰਸ਼ਨ ਦੇਣ। ਇਸ ਕੰਪੀਟੀਸ਼ਨ ਵਿੱਚ ਕਿੰਨੀਆਂ ਟੀਮਾਂ ਆ ਰਹੀਆਂ ਨੇ? ਇਸ ਕੰਪੀਟੀਸ਼ਨ ਵਿੱਚ 11 ਟੀਮਾਂ ਭਾਗ ਲੈ ਰਹੀਆਂ ਨੇ, ਪੂਰੀਆਂ ਪੰਜਾਬ ਭਰ ਤੋਂ ਜਲੰਧਰ, ਦੁੱਗਰੀ, ਅੰਮ੍ਰਿਤਸਰ, ਤਰਨ ਤਾਰਨ, ਮੁਕਤਸਰ ਸਾਹਿਬ ਅਤੇ ਹੋਰ ਵੀ ਸ਼ਹਿਰਾਂ ਦੇ ਵਿੱਚੋਂ ਟੀਮਾਂ ਆ ਰਹੀਆਂ ਨੇ। ਇਸ 'ਚ ਲੜਕੀਆਂ ਵੀ ਖੇਡ ਰਹੀਆਂ ਜਾਂ ਇਕੱਲੇ ਲੜਕਿਆਂ ਦਾ ਹੀ ਕੰਪੀਟੀਸ਼ਨ ਹੋ ਰਿਹਾ? ਇਸ ਪ੍ਰੋਗਰਾਮ ਦੇ ਵਿੱਚ ਵਿਸ਼ੇਸ਼ ਤੌਰ 'ਤੇ ਅਸੀਂ ਲੜਕੀਆਂ ਦੀ ਟੀਮ ਵੀ ਮੰਗਾਈ ਹੈ, ਇਨਵਾਈਟ ਕੀਤਾ ਉਹਨਾਂ ਨੂੰ। ਉਹ ਵਿਸ਼ੇਸ਼ ਤੌਰ 'ਤੇ ਗੱਤਕੇ ਦੇ ਜ਼ੋਰ ਦਿਖਾਏਗੀ ਤਾਂ ਜੋ ਨੌਜਵਾਨ ਵੀਰਾਂ ਦੇ ਨਾਲ ਨਾਲ ਨੌਜਵਾਨ ਭੈਣਾਂ ਵੀ ਇਸ ਗੱਤਕੇ ਨੂੰ ਅਪਣਾਉਣ। ਤੁਸੀਂ ਕਿੰਨੇ ਚਿਰ 'ਤੇ ਜਿਹੜਾ ਉਪਰਾਲਾ ਕਰ ਰਹੇ ਹੋ? ਲਗਾਤਾਰ ਅਸੀਂ 4th ਸਮਾਗਮ ਕਰਵਾ ਰਹੇ ਹਾਂ ਜੋ ਕਿ ਪੂਰਾ ਪੰਜਾਬ ਲੈਵਲ 'ਤੇ ਹੋ ਰਹੇ ਨੇ, ਅਸੀਂ ਇਸੇ ਤਰ੍ਹਾਂ ਹੀ ਅੱਗੇ ਕਰਵਾਉਂਦੇ ਰਹਾਂਗੇ। ਮੋਗਾ ਤੋਂ ਹਰਪਾਲ ਸਿੰਘ ਦੀ ਰਿਪੋਰਟ, ਜਗਤ ਸੇਵਕ, ਵੈਬ TV।